ਜਿਹੜੇ ਤੁਹਾਨੂੰ ਗਾਲੀ ਗਲੋਚ ਕੱਢ ਕੇ ਗਏ, ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਢ ਰਿਹਾ। ਤੁਹਾਨੂੰ ਹੁਣ ਕੋਈ ਗਾਲ ਕੱਢੇ, ਨੰਬਰ ਮੇਰਾ, ਮੈਨੂੰ ਫੋਨ ਕਰ ਲੈਣਾ। ਕਿਹਾ ਕਿ ਉਹਨੇ ਤੁਹਾਨੂੰ ਘਰਾਂ ਚ ਨੀ ਵੜਨ ਦੇਣਾ, ਭਾਜਪਾ ਦੇ ਗੁੰਡੇ ਭਾਜਪਾ ਨਾਲ ਰਲੇ, ਜੋ ਸ਼ਬਦ ਉਹਨਾਂ ਨੇ ਘੜੇ ਬੋਲੇ ਸੀ ਧੀਆਂ ਭੈਣਾਂ ਨੂੰ। ਤੁਸੀਂ ਹੁਣ ਪਤਾਲਪੁਰੀ ਚ ਜਾਣ ਵਾਲੇ ਆ, ਪਤਾਲਪੁਰੀ ਦੇਖੀ ਕਦੀ ਕਿਸੇ ਨੇ? ਦੇਖੀ ਨੀ ਅੱਜ ਤੱਕ। ਗਰੀਬ ਸ਼ਰੀਫ ਹੋ ਸਕਦਾ ਲੇਕਿਨ ਬੇਗੈਰਤ ਨਹੀਂ ਹੋ ਸਕਦਾ। ਬਚੋ, ਸਾਡੀ ਗੁੱਸੇ ਤੋਂ ਬਚੋ, ਇੱਥੇ ਅੱਗ ਹੀ ਅੱਗ ਨਜ਼ਰ ਨਾ ਆਵੇ। ਤੁਹਾਡਾ ਨਾਂ ਹੀ ਇੱਦਾਂ ਦਾ? ਹਾਂਜੀ। ਤੇ ਫਿਰ ਤੁਸੀਂ ਰੱਥ ਵਾਲੇ ਆ, ਤੇ ਫਿਰ ਤੁਹਾਨੂੰ ਅਰਜਨ ਨੂੰ ਲਿਆਉਣ ਲਈ ਥੋੜਾ ਤਕਲੀਫ ਅਰਜਨ ਨੇ। ਠੀਕ ਹੈ ਜੀ। ਕ੍ਰਿਸ਼ਨ ਨੇ ਰੱਥ ਚਲਾਇਆ ਸੀ ਤੇ ਅਰਜੁਨ ਨੇ ਤੀਰ ਚਲਾਏ ਸੀ, ਤੇ ਰੱਥ ਚਲਾਉਣ ਵਾਲੇ ਨੂੰ ਥੋੜੀ ਬਹੁਤੀ ਤਕਲੀਫ ਤਾਂ ਹੁੰਦੀ ਹੈ, ਤੇ ਬਾਬਾ ਜੀਵਨ ਸਿੰਘ ਦੀ ਸੈਨਾ ਥੱਕਣ ਲੱਗੀ ਹੈ? ਨਹੀਂ ਜੀ। ਥੱਕਣ ਲੱਗੀ ਹੈ? ਡਰਨ ਲੱਗੀ ਕਿਸੇ ਤੋਂ? ਨਹੀਂ। ਇਹਨਾਂ ਨੂੰ ਕਹੋ ਇੱਕ ਦੋ ਦਿਨ ਹੋਰ ਕਰ ਲਓ, ਨਾਂ ਨੂੰ ਕਰ ਲਿਓ ਸਾਰਿਆਂ ਦੇ ਨੋਟ। ਨੋਟ ਕੀਤੇ ਮੈਂ ਲੈ ਕੇ ਪਾਈ ਪਾਈ ਦਾ ਹਿਸਾਬ। ਹਾਂ, ਜੇ ਤੁਹਾਡੇ ਪੈਰਾਂ 'ਚ ਆ ਕੇ ਮੱਥਾ ਨਾ ਟੇਕਿਆ, ਇਹ ਹੁਣ ਯੁੱਗ ਪਲਟਣਾ ਹੈ। ਹਾਂਜੀ, ਦੱਸ ਦਿਓ ਤੁਸੀਂ ਕਿ ਯੁੱਗ ਪਲਟਣ ਲੱਗਾ ਹੁਣ। ਧੰਨਵਾਦ। ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ ਫਿਰ ਯੁੱਗ ਪਲਟਦਾ ਹੁੰਦਾ, ਫਿਰ ਜਿਹੜੇ ਸਭ ਤੋਂ ਪਿੱਛੇ ਹੁੰਦੇ ਉਹ ਸਭ ਤੋਂ ਅੱਗੇ ਹੁੰਦੇ, ਜਿਹੜੇ ਬਹੁਤ ਖੱਬੀ ਖਾਨ ਪਾਟੇ ਖਾਨ ਬਣ ਜਾਂਦੇ ਉਹ ਪਿੱਛੇ ਚੱਲ ਜਾਂਦੇ ਹੁੰਦੇ ਆ। ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਹਰਬਾਨੀ ਆ, ਉਹਨੇ ਰੋਟੀ ਖਾਣ ਜੋਗੇ ਕਰਤੇ। ਇਹਦਾ ਮਤਲਬ ਇਹ ਨਹੀਂ ਕਿ ਗਰੀਬ ਭਰਾ ਨੂੰ ਇੰਨਾ ਤੰਗ ਕਰਨ। ਮੇਰੀ ਬੋਲੀ ਜ਼ਰੂਰ ਨਰਮ ਹੈ, ਤਾਂ ਮੇਰੇ ਜਿਹੜੇ ਕੰਮ ਹੈ ਨਾ, ਮੇਰੇ ਬਾਬਾ ਜੀਵਨ ਸਿੰਘ ਬੋਲਿਆ ਕਰੂ ਤੁਹਾਡੇ 'ਚੋਂ ਸਾਰੇ। ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ, ਡਰਨ ਦੀ ਲੋੜ ਨਹੀਂ। ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ, ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਿਓ ਜਿਹੜੀਆਂ ਉਹਨਾਂ ਕੋਲ ਉੱਥੇ ਡਾਂਗਾਂ ਖਾਧੀਆਂ ਤੁਸੀਂ ਬਾਜ਼ਾਰ 'ਚ ਲਾ ਲਿਆ ਤੋਂ ਪਰਸੋਂ, ਉੱਥੇ ਫਿਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾਂ। ਹੈ ਇਹ ਤਾਂ ਮੇਰੇ ਸਾਹਮਣੇ ਹੋਇਆ, ਮੈਂ ਮਿਹਨਤਾਂ ਪਾਉਂਦਾ ਰਹਿੰਦਾ, ਕਿਸੇ ਨਾਲ ਲੜਿਓ ਨਾ, ਫਸਾਦ ਨਾ ਕਰੋ ਪਿੰਡ 'ਚ, ਰੋਜ਼ ਅਪੀਲ ਕਰਦਾ। ਨਹੀਂ ਤਾਂ ਬਾਬਾ ਜੀਵਨ ਸਿੰਘ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾਏ ਅੱਗ ਲਾ ਦਿੰਦਾ ਧਰਤੀ ਨੂੰ। ਗਰੀਬ ਦੇ ਗੁੱਸੇ ਤੋਂ ਬਚੋ, ਗਰੀਬ ਦੀ ਬਦਦੁਆ ਤੋਂ ਬਚੋ। ਮੇਰਾ ਸੁਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਢ ਕੇ ਗਏ, ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਢ ਰਿਹਾ। ਔਰ 2 ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖੰਘਦਾ ਇੱਥੇ। ਯਾਰ ਕੋਈ ਖਿਲਾਫਤ ਦਾ ਜ਼ਮਾਨਾ ਹੀ ਨਹੀਂ ਗਾ। ਪੈਰਾਂ 'ਚ ਪਿਆ ਨੂੰ ਪੈਰਾਂ 'ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ। ਮੈਂ ਇੱਕ ਦਿਨ ਇੱਦਾਂ ਸਿਰ ਕਰ ਦਿੱਤਾ, ਮੈਂ ਕਿਹਾ ਸਿਰ ਚਾਹੀਦਾ ਸਿਰ ਲੈ ਲਓ, ਤੁਸੀਂ ਸਾਡੇ ਭਾਈ ਆ ਗੁੱਸੇ 'ਚ, ਇਹਨਾਂ ਦੇ ਬੰਦੇ ਬਣਨਾ ਨੇ ਛਿੱਤਰਾਂ ਤੋਂ ਬਿਨਾਂ, ਔਰ ਤੁਸੀਂ ਕੁਛ ਨਹੀਂ ਬਣੇ। ਛਿੱਤਰ ਦੇਖਿਓ ਇੱਧਰ ਕਿੱਦਾਂ ਦੇ। ਹੰਸਰਾਜ ਜੀ, ਹੰਸਰਾਜ ਜੀ, ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਕੁਛ ਨਹੀਂ ਕਰਨਾ। ਸ਼ਾਂਤੀ ਨਾਲ ਪਹਿਲੀ ਤਰੀਕ ਨੂੰ ਜਿਹੜਾ ਤੁਹਾਨੂੰ ਰੋਕੇ ਇੱਕ ਫੋਨ ਕਰ ਦੇਣਾ, ਤੁਹਾਨੂੰ ਹੁਣ ਕੋਈ ਗਾਲ ਕੱਢੇ, ਨੰਬਰ ਮੇਰਾ, ਮੈਨੂੰ ਫੋਨ ਕਰ ਲੈਣਾ, ਮੇਰੇ ਕੋਲ ਨੰਬਰ ਫੀਡ ਕਰਦਾ ਮੈਂ। ਹਾਂ, ਨੰਬਰ ਮੇਰਾ 9151 ਜੀ, 9151 ਅੱਗੇ 55 ਜੀ, 55 ਅੱਗੇ ਕੀ ਹੈ, ਅੱਗੇ ਪੈ ਜਾ ਤੂੰ 55। ਕੋਈ ਤੁਹਾਨੂੰ ਤੰਗ ਕਰੇ ਫੋਨ ਕਰੋ ਆਪਣੇ ਭਰਾ ਨੂੰ, ਦੇਖੋ ਜਲਵਾ ਫਿਰ ਮਾਲ ਖਰੀਦਿਆ।
ਯਾਰ ਮੈਂ ਕਹਿੰਦਾ ਸ਼ਰਾਫਤ ਨਾਲ ਚੱਲੀ। ਸ਼ੁਕਰ ਆ, ਸ਼ੁਕਰ ਆ। ਸਾਡੇ ਸਤਿਗੁਰਾਂ ਨੇ ਕਿਹਾ ਸੀ ਬੇਟਾ ਇਹ ਤੇਰਾ ਇਮਤਿਹਾਨ ਆ, ਪੁੱਤਰ ਇਹ ਚ ਫੇਲ ਨਹੀਂ ਹੋਣਾ। ਜੇ ਏਦਾਂ ਘਰਾਂ ਚ ਆ ਕੇ ਗਾਲੀ ਗਲੋਚ ਕਰਦੇ ਆ ਧੀਆਂ ਭੈਣਾਂ ਨੂੰ, ਭਾਜਪਾ ਦੇ ਗੁੰਡੇ ਭਾਜਪਾ ਨਾਲ ਰਲੇ, ਜੋ ਸ਼ਬਦ ਉਹਨਾਂ ਨੇ ਭੈੜੇ ਬੋਲੇ ਸੀ ਧੀਆਂ ਭੈਣਾਂ ਨੂੰ। ਤੁਸੀਂ ਹੁਣ ਪਤਾਲਪੁਰੀ ਚ ਜਾਣ ਵਾਲੇ ਆ, ਪਤਾਲਪੁਰੀ ਦੇਖੀ ਕਦੀ ਕਿਸੇ ਨੇ? ਦੇਖੀ ਨੀ ਅੱਜ ਤੱਕ, ਨਹੀਂ ਦੇਖੀ ਜੀ। ਤੁਸੀਂ ਕਹੋ ਹੁਣ ਜਾਣ ਵਾਲੇ ਯੁੱਗ ਪਲਟਣ ਵਾਲਾ ਆ, ਉਹ ਨੀ ਛਾਪਾ ਵਾਜਾਂ ਵਾਲਾ ਬਾਪੂ ਸਾਡਾ ਰਾਖਾ। ਬਾਬਾ ਜੀਵਨ ਸਾਹਿਬ, ਧੀਰ ਸਿੰਘ, ਵੀਰ ਸਿੰਘ ਤੇ ਜਦੋਂ ਨਾਗਣੀ ਤੇ ਬਾਗਣੀ ਵੱਜੀ ਨਾ ਇਹਨਾਂ ਦੇ, ਠੀਕ ਹੋ ਜਾਣਗੇ। ਓਕੇ ਰਿਪੋਰਟ ਵੱਜੀ, ਕਿਸੇ ਤੋਂ ਘਬਰਾ ਕੇ ਨਹੀਂ ਬੋਲ ਰਿਹਾ ਅੱਜ ਤੋਂ ਪਹਿਲਾਂ ਮੈਂ ਕਦੀ ਏਦਾਂ ਬੋਲਿਆ, ਕਦੀ ਨਹੀਂ ਬੋਲਿਆ। ਜੇ ਏਦਾਂ ਧੀ ਦੀ ਭੈਣ ਦੀ ਘਰਾਂ ਚ ਆ ਕੇ ਕਰਨਗੇ ਉਹ, ਤੇ ਫਿਰ ਦੇਖਿਓ ਤੁਸੀਂ ਇਹਨਾਂ ਨੂੰ ਦੱਸਾਂਗੇ ਮਾਲਕ ਦੀ ਦਇਆ ਨਾਲ ਕਿ ਗਰੀਬ ਦੇ ਗਰੀਬ ਸ਼ਰੀਫ ਹੋ ਸਕਦਾ ਲੇਕਿਨ ਬੇਗੈਰਤ ਨਹੀਂ ਹੋ ਸਕਦਾ। ਬਚੋ, ਸਾਡੀ ਗੁੱਸੇ ਤੋਂ ਬਚੋ, ਇੱਥੇ ਅੱਗ ਹੀ ਅੱਗ ਨਜ਼ਰ ਨਾ ਆਵੇ। ਤੁਸੀਂ ਸਬਰ ਨਾਲ ਰਹਿਣਾ, ਸਿਰਫ ਨੰਬਰ ਲਿਖ ਲਿਆ ਮੇਰਾ, ਮੈਨੂੰ ਫੋਨ ਕਰੋ ਸਿੱਧਾ ਹੀ, ਕੋਈ ਗੱਲ ਨਹੀਂ। ਅਸੀਂ ਆਹ ਹੁਣ ਪੁੱਛ ਰਹੇ ਸੀ ਆ ਤੁਹਾਨੂੰ ਮਿਲ ਰਿਹਾ ਕਿ ਮਿਲ ਰਿਹਾ, ਮਿਲ ਹੀ ਰਿਹਾ ਐਵੇਂ ਤਾਂ ਨਹੀਂ ਕਹਿ ਰਹੇ ਸੀ? ਹਾਂ ਮਿਲਦਾ, ਤੇ ਫਿਰ ਉਹੋ ਹੀ ਗਰੀਬ ਘਰ ਜੰਮਿਆ ਸੀ, ਉਹਦੀ ਮਾਂ ਲੋਕਾਂ ਦੇ ਕੱਪੜੇ ਧੋਂਦੀ ਸੀ ਤੇ ਬਰਤਨ ਮਾਂਜਦੀ ਸੀ, ਬੱਚੇ ਨੂੰ ਬੜੇ ਜ਼ਫਰ ਜਾਲ ਕੇ ਉਹਨੇ ਪਾਲਿਆ ਸੀ, ਮਾਂ ਦੀ ਸੀਸ ਲੱਗ ਗਈ, ਅੱਜ ਤੁਹਾਡਾ ਪ੍ਰਧਾਨ ਮੰਤਰੀ ਆ, ਗਰੀਬ ਦਾ ਪੁੱਤ, ਤੇ ਆਹ ਖੇਤ ਮਜ਼ਦੂਰ ਦਾ ਪੁੱਤ ਤੁਹਾਡੇ ਕੋਲ ਖੜਾ। ਉਹਨੇ ਭੇਜਿਆ ਹੀ ਉਹ ਬੰਦਾ ਜਿਹਨੂੰ ਆਪ ਨੂੰ ਤਾਂ ਪਤਾ ਹੋਵੇ ਭੁੱਖ ਕੀ ਹੁੰਦੀ ਹੈ ਪਰ ਗਰੀਬੀ ਕੀ ਹੁੰਦੀ ਹੈ। ਇਸ ਕਰਕੇ ਕਿਸੇ ਨਾਲ ਜ਼ਿਆਦਤੀ ਨਹੀਂ ਕਰਨੀ, ਅਸੀਂ ਨਹੀਂ ਕਿਸੇ ਨਾਲ ਕਰਨੀ, ਜਿਹੜਾ ਕਰੇਗਾ ਸਿਰਫ ਤੁਹਾਡਾ ਕੰਮ ਹੈ, ਮੈਨੂੰ ਦੱਸਣਾ ਸਿਰਫ, ਦੇਖ ਲਾਂਗੇ ਜੋ ਹੋਊਗਾ, ਤੇ ਜ਼ਮਾਨਾ ਨਾਲੇ ਦੇਖੇਗਾ ਕਿ ਗਰੀਬ ਕਿੱਦਾਂ ਲੜਦੇ ਆ। ਅਸੀਂ ਤਾਂ ਹਰਖ ਮੱਠਾ ਬਟਨ ਦਬਾ ਦਬਾ ਕੇ ਕਰਨਾ, ਇਹੋ ਹੀ ਤਰੀਕਾ ਬਸ, ਇਹੋ ਹੀ ਤਾਂ ਚਾਹੁੰਦੇ ਨੇਗੇ ਕਿ ਕੋਈ ਗਰੀਬ ਦਾ ਬੱਚਾ ਉੱਥੇ ਪਾਰਲੀਮੈਂਟ 'ਚ ਬੈਠੂਗਾ, ਕੋਈ ਕਾਨੂੰਨ ਹੀ ਨਾ ਬਣਾ ਦੇ ਵੀ ਇਹਨਾਂ ਨੂੰ ਜ਼ਮੀਨਾਂ ਮਿਲ ਜਾਣ। ਇਹ ਬਣਨੇ ਆ ਕਾਨੂੰਨ, ਦੇਖ ਲਿਓ, ਇਹ ਬਣ ਕੇ ਰਹਿਣੇ ਆ। ਸੋ ਕਹਿਤਾ, ਠੀਕ ਹੈ, ਜੋ ਲਾਈਨ 'ਚ ਸਭ ਤੋਂ ਪਿੱਛੇ ਉਹ ਅੱਗੇ ਆਉਣਗੇ। ਇਹ ਮਾਲਕ ਦੀ, ਉਹਨਾਂ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ, ਕਿਹਨੀ ਕੀ ਕਿਰਪਾ ਸੇ ਸਜੇ ਹਮ ਹੈ, ਉਹਨਾਂ ਨੇ ਇਹ ਵੀ ਕਿਹਾ ਸੀ ਇਨੀ ਸਿੱਖੋ ਕੋ ਮੈਂ ਪਾਤਸ਼ਾਹੀ ਦਊਂਗਾ। ਹੁਣ 350-400 ਸਾਲ ਦਾ ਵਾਅਦਾ ਕੀਤਾ, ਉਹ ਟਾਈਮ ਆ ਗਿਆ। ਮਾਲਕ ਕਿਰਪਾ ਕਰੇ, ਸੱਚਾ ਪਾਤਸ਼ਾਹ ਰਹਿਮ ਕਰੇ, ਸਾਡੀ ਲੜਾਈ ਰੱਬ ਜੋ ਲੜ ਰਿਹਾ, ਆਪੇ ਦੇਖਿਓ ਸਮਾਂ ਆ ਜਾਣਾ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।